ਅਲਾਈਟ ਪੈਨ ਬੇਸਿਕਲੀ ਹੈ ਕਿ ਇਹ ਇਨਪੁਟ ਡਿਵਾਈਸ ਹੈ ਇਹ ਵੀ ਇਨਪੁਟ ਡਿਵਾਈਸ ਹੈ ਆਮ ਤੌਰ ਤੇ ਕੁਐਸਚਨ ਆ ਜਾਂਦਾ ਹੈ ਫੁੱਲ ਲਾਈਟ ਪੈਨ ਇਜ਼ ਅ ਇਨਪੁਟ ਡਿਵਾਈਸ অর ਆਉਟਪੁਟ ਡਿਵਾਈਸ ਆਬਜੈਕਟਿਵਿਜ਼ ਕੁਐਸਚਨ ਪੁੱਛਿਆ ਜਾਂਦਾ ਹੈ ਲਾਈਟ ਪੈਨ ਇਜ਼ ਇਨਪੁਟ ਡਿਵਾਈਸ ਇਹ ਲਾਈਟ ਸੈਂਸਿਟਿਵ ਇਨਪੁਟ ਡਿਵਾਈਸ ਹੈ ਲਾਈਟ ਸੈਂਸਿਟਿਵ ਲਾਈਟ ਸੈਂਸਿਟਿਵ ਦਾ ਮਤਲਬ ਕੀ ਹੈ ਇਹ ਲਾਈਟ ਪ੍ਰਤੀ ਸੈਂਸਿਟਿਵ ਹੈ ਮੀਨਸ ਜਿੱਥੇ ਲਾਈਟ ਹੋਏਗੀ ਉਸ ਚੀਜ਼ ਨੂੰ ਸੈਂਸ ਕਰਦਾ ਹੈ ਇਹ ਜ਼ਿਆਦਾਤਰ ਕੀ ਹੈ ਸੀਆਰਟੀ ਬੇਸਡ ਜਿਹੜੇ ਪਹਿਲਾਂ ਮੋਨੀਟਰਸ ਹੁੰਦੇ ਸੀ ਸੀਆਰਟੀ ਬੇਸਡ ਮੋਨੀਟਰਸ ਦੇ ਵਿੱਚ ਯੂਜ਼ ਕਰਦੇ ਸੀ ਸੀਆਰਟੀ ਬੇਸਡ ਮੋਨੀਟਰਸ ਦੇ ਵਿੱਚ ਲਾਈਟ ਪੈਨ ਯੂਜ਼ ਕੀਤਾ ਜਾਂਦਾ ਸੀ ਤੇ ਜ਼ਿਆਦਾਤਰ ਜਿਵੇਂ ਕੰਪਿਊਟਰ ਡਿਜ਼ਾਈਨ ਹੈਗਾ ਕੈਡ ਕੈਡ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਸੀ ਕੈਡ ਕੰਪਿਊਟਰ ਐਡਿਟ ਡਿਜ਼ਾਈਨ ਕੰਪਿਊਟਰ ਡਿਜ਼ਾਈਨ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀ ਸੋ ਇਹਦੇ ਨਾਲ ਕੀ ਕਰ ਸਕਦੇ ਸੀ ਆਪਾਂ ਰਾਈਟ ਔਰ ਡਰਾ ਔਨ ਸਕਰੀਨ ਸਕਰੀਨ ਤੇ ਆਪਾਂ ਰਾਈਟ ਵੀ ਕਰ ਸਕਦੇ ਸੀ ਕੋਈ ਚੀਜ਼ ਹਾਈਲਾਈਟ ਕਰ ਸਕਦੇ ਸੀ ਮਾਰਕ ਕਰ ਸਕਦੇ ਸੀ ਉਹਨੂੰ ਤੇ ਕੁਝ ਆਪਾਂ ਡਰਾਇੰਗ ਵੀ ਕਰ ਸਕਦੇ ਸੀ ਇਸ ਦੀ ਹੈਲਪ ਨਾਲ ਸੋ ਮੇਨਲੀ ਇੱਕ ਫੰਕਸ਼ਨ ਕਿਸ ਤਰ੍ਹਾਂ ਕਿਸ ਤਰ੍ਹਾਂ ਵਰਕ ਕਰਦਾ ਹੈ ਬੇਸਿਕਲੀ ਜਿਹੜਾ ਇਹ ਪੈਨ ਸੀਗਾ ਇਹ ਲਾਈਟ ਪੈਨ ਹੁੰਦਾ ਸੀ ਇਹੜਾ ਪੈਨ ਦੀ ਪੈਂਚ ਦੋ ਕੰਪੋਨੈਂਟਸ ਹੁੰਦੇ ਸੀ ਦੋ ਕੰਪੋਨੈਂਟ ਸੀ ਇਹਦੇ ਚ ਇੱਕ ਤਾਂ ਪੁਆਇੰਟਿੰਗ ਡਿਵਾਈਸ ਜਿਹੜਾ ਹੈਗਾ ਕਿਉਂਕਿ ਇਹ ਜਿਹੜੀ ਤੁਹਾਡੀ ਸਕਰੀਨ ਹੁੰਦੀ ਸੀਗੀ ਸਕਰੀਨ 'ਚੋਂ ਲਾਈਟ ਆਉਂਦੀ ਸੀ ਜਿਵੇਂ ਸੀਆਰਟੀ ਤੁਹਾਡੀ ਸਕਰੀਨ ਸੀ ਉਹਦੇ 'ਚ ਲਾਈਟ ਹੁੰਦੀ ਸੀ ਇਦੀ ਚ ਇੱਕ ਲੈਂਸ ਹੁੰਦਾ ਸੀ ਇਸ ਜਗ੍ਹਾ ਤੇ ਕੀ ਹੈ ਜਿਹੜੀ ਟਿਪ ਸੀਗੀ ਟਿਪ ਤੇ ਕੀ ਇੱਕ ਲੈਂਸ ਹੁੰਦਾ ਇੱਥੇ ਕੀ ਹੈ ਇੱਕ ਲੈਂਸ ਸੀਗਾ ਟਿਕ ਫੋਟੋ ਡਿਟੈਕਟਰ ਫੋਟੋ ਡਿਟੈਕਟਰ ਦੋ ਚੀਜ਼ਾਂ ਹੁੰਦੀਆਂ ਸੀਗਾ ਲੈਂਸ ਐਂਡ ਫੋਟੋ ਡਿਟੈਕਟਰ ਲੈਂਸ ਦਾ ਕੰਮ ਕੀ ਸੀਗਾ ਜਿਹੜੀ ਲਾਈਟ ਸੀਗੀ ਉਹਨੂੰ ਇੱਕ ਕਨਸੈਂਟਰੇਟ ਕਰਦਾ ਸੀਗਾ ਤੇ ਫੋਟੋ ਡਿਟੈਕਟਰ ਦਾ ਕੰਮ ਕੀ ਹੁੰਦਾ ਸੀਗਾ ਉਹ ਜਿਹੜੀ ਲਾਈਟ ਜਿਹੜੀ ਸੀ ਜਿਸ ਤਰ੍ਹਾਂ ਕੀ ਹੈ ਤੁਹਾਨੂੰ ਮੈਂ ਦੱਸ ਦਣਾ ਇਹ ਸਪੋਜ਼ ਲੈਂਜ਼ ਹੈਗਾ ਇਹ ਲਾਈਟ ਪੈ ਰਹੀ ਹੈ ਸਾਰੀ ਇਹ ਲਾਈਟ ਪੈ ਰਹੀ ਹੈਗੀ ਆ ਇਸ ਨੂੰ ਕੀ ਕਨਸੈਂਟਰੇਟ ਕਰ ਦਿੰਦਾ ਸੀ ਲਾਈਟ ਨੂੰ ਲਾਈਟ ਨੂੰ ਕਨਸੈਂਟਰੇਟ ਕਰਕੇ ਕੀ ਆ ਇੱਥੇ ਫੋਟੋ ਡਿਟੈਕਟਰ ਹੁੰਦਾ ਸੀ ਇਹ ਤੁਹਾਡਾ ਪੈਨ ਹੈਗਾ ਇੱਥੇ ਫੋਟੋ ਡਿਟੈਕਟਰ ਹੁੰਦਾ ਸੀ ਫੋਟੋ ਡਿਟੈਕਟਰ ਦਾ ਕੰਮ ਕੀ ਹੁੰਦਾ ਸੀ ਇਹ ਜਿਹੜੀ ਲਾਈਟ ਫੋਟੋਨ ਆ ਉਹਨੂੰ ਡਿਟੈਕਟ ਕਰਦਾ ਸੀ ਸੋ ਉਹਦੇ ਅਕੋਰਡਿੰਗਲੀ ਕੀ ਹੁੰਦਾ ਸੀ ਇਹ ਜਿਹੜੀ ਸਕਰੀਨ ਦੀ ਪੋਜੀਸ਼ਨ ਹੁੰਦੀ ਸੀਗੀ ਕੋਆਰਡੀਨੇਟ ਸੀ ਐਕਸ ਵਾਈ ਕੋਆਰਡੀਨੇਟ ਹੁੰਦੇ ਗਿਆ ਸੋ ਜਿਹੜੀ ਤੁਹਾਡੀ ਸਕਰੀਨ ਹੈ ਕੰਪਿਊਟਰ ਦੀ ਕੰਪਿਊਟਰ ਦੀ ਸਕਰੀਨ ਜਿਹੜੀ ਹੈਗੀ ਆ ਜਾਂ ডিসਪਲੇ ਸਕਰੀਨ ਉਸ ਤੇ ਕੀ ਹੈ ਐਕਸ ਵਾਈ ਡਾਇਰੈਕਸ਼ਨ ਹੁੰਦੀ ਹੈ ਕਿ ਐਕਸ ਐਂਡ ਵਾਈ ਐਕਸਿਸ ਹੁੰਦਾ ਹੈ ਇਹ ਜਿਹੜੀ ਪੋਜੀਸ਼ਨ ਹੈਗੀ ਆ ਇਹ ਜਿਹੜੀ ਪੋਜੀਸ਼ਨ ਨੂੰ ਕੀ ਹੈ ਜਦੋਂ ਪੁਆਇੰਟ ਜਦੋਂ ਪੈਨ ਨੂੰ ਆਪਾਂ ਇਦਾਂ ਕਰਕੇ ਪੁੱਟ ਕਰਦੇ ਸੀ ਇਦਾਂ ਕਰਕੇ ਟੱਚ ਕਰਦੇ ਸੀ ਤਾਂ ਕੀ ਹੁੰਦਾ ਸੀਗਾ ਇਹ ਜਿਹੜੀ ਲਾਈਟਰ ਸਕਰੀਨ ਦੇ ਵਿੱਚੋਂ ਆ ਰਹੀ ਤੁਸੀਂ ਦੇਖਿਆ ਹੈਗਾ ਆਪਾਂ ਸੀਆਰਟੀ ਦਾ ਵਰਕਿੰਗ ਪ੍ਰਿੰਸੀਪਲ ਪੜਿਆ ਹੈਗਾ ਸੀਆਰਟੀ ਚ ਕੀ ਹੁੰਦਾ ਸੀ ਸੀਆਰਟੀ ਚ ਇਲੈਕਟ੍ਰੋਨ ਬੀਮ ਟਰੈਵਲ ਕਰਦੀ ਸੀਗੀ ਤੇ ਫਾਸਫੋਰਸ ਤੇ ਜਾ ਕੇ ਸਟ੍ਰਾਈ ਕਰਦੀ ਸੀ ਸੋ ਬੇਸਿਕਲੀ ਕੀ ਹੈ ਜਦੋਂ ਫਾਸਫੋਰਸ ਤੇ ਸਟ੍ਰਾਈ ਕਰਦੀ ਸੀਗੀ ਤਾਂ ਇਲੂਮਿਨੇਸ਼ਨ ਹੁੰਦੀ ਸੀ ਤੇ ਇਮੇਜ ਸ਼ੋ ਹੁੰਦਾ ਸੀ ਸੋ ਉਹੀ ਕਨਸੈਪਟ ਨਾਲ ਜਦੋਂ ਇਹ ਸਕਰੀ ਇਹ ਤੁਹਾਡੀ ਸਕਰੀਨ ਹੈ ਸੋ ਇਸ ਤੇ ਲਾਈਟ ਆ ਰਹੀ ਹੈ ਸਾਰੀ ਪਿਕਸਲ ਸਾਰੇ ਗਲੋ ਕੀਤੀ ਹੋਏ ਆ ਸੋ ਜਿਹੜੀ ਜਗ੍ਹਾ ਤੇ ਤੁਸੀਂ ਇਸ ਪੁਆਇੰਟਰ ਨੂੰ ਇਹ ਲਾਈਟ ਪੈਨ ਨੂੰ ਪਲੇਸ ਕਰਦੇ ਸੀਗੇ ਕਿਸ ਤਰ੍ਹਾਂ ਡਿਟੈਕਟ ਹੁੰਦਾ ਸੀ ਕਿਉਂਕਿ ਇਹ ਅਲਟੀਮੇਟਲੀ ਜਿਹੜਾ ਪੈਨ ਸੀਗਾ ਇਹ ਪੈਨ ਜਿਹੜਾ ਹੁੰਦਾ ਸੀ ਇੱਥੋਂ ਇਸ ਜਗ੍ਹਾ ਤੋਂ ਕਨੈਕਟਡ ਹੁੰਦਾ ਸੀ ਕੰਪਿਊਟਰ ਦੇ ਨਾਲ ਹੀ ਇਹ ਜਿਹੜਾ ਪੋਜੀਸ਼ਨ ਹੁੰਦੀ ਸੀਗੀ ਜਿਹੜੀ ਲਾਈਟ ਸਕਰੀਨ ਦੇ ਉੱਪਰ ਆ ਰਹੀ ਹੁੰਦੀ ਸੀਗੀ ਉਹ ਲਾਈਟ ਨੂੰ ਇਹ ਟਿਪ ਜਿਹੜੀ ਹੈ ਸੈਂਸ ਕਰ ਲੈਂਦੀ ਸੀਗੀ ਫੋਟੋਨ ਨੂੰ ਤੇ ਉਹਨੂੰ ਕਾਦੇ ਵਿੱਚ ਕਨਵਰਟ ਕਰ ਦੇ ਹੁੰਦੀ ਸੀਗੀ ਐਕਸ ਵਾਈ ਪੋਜੀਸ਼ਨ ਚ ਕਨਵਰਟ ਕਰ ਦੇ ਹੁੰਦੀ ਸੀਗੀ ਤੇ ਤੁਹਾਨੂੰ ਪਤਾ ਲੱਗ ਜਾਂਦਾ ਸੀ ਕਿਹੜੀ ਐਕਸ ਵਾਈ ਦੀ ਇੱਕ ਸਕਰੀਨ ਦੇ ਉੱਪਰ ਕਿਹੜੀ ਐਕਸ ਵਾਈ ਪੋਜੀਸ਼ਨ ਹੈਗੀ ਆ ਤੇ ਉਹਦੇ ਨਾਲ ਉਸ ਜਗ੍ਹਾ ਤੇ ਪੁਆਇੰਟ ਜੋ ਤੁਸੀਂ ਮੂਵਮੈਂਟ ਕਰਦੇ ਸੀ ਚਾਹੇ ਡਰਾ ਕਰਦੇ ਸੀ ਜਾਂ ਤੁਸੀਂ ਹਾਈਲਾਈਟ ਕਰਦੇ ਸੀ ਉਹ ਹਾਈਲਾਈਟ ਹੋ ਜਾਂਦਾ ਸੀ ਸੋ ਜਿਆਤਰ ਜਿਆਦਾ ਇਹਦਾ ਇਹ ਬੇਸਿਕਲੀ ਫੰਕਸ਼ਨ ਇਹੀ ਸੀਗਾ ਸੋ ਦੋ ਚੀਜ਼ਾਂ ਹੀ ਇਹਦੇ ਵਿੱਚ ਤੁਸੀਂ ਦੋ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਕਿ ਇੱਕ ਲੈਂਸ ਐਂਡ ਸੈਕੰਡ ਵਨ ਇਜ਼ ਫਸਟ ਇਜ਼ ਲੈਂਸ ਸੈਕੰਡ ਇਜ਼ ਫੋਟੋ ਡਿਟੈਕਟਰ ਫੋਟੋ ਡਿਟੈਕਟਰ ਜ ਕਿਸ ਵੀ ਜਿਸ ਵੀ ਡਿਵਾਈਸ ਦੇ ਵਿੱਚ ਲਾਈਟ ਦਾ ਫੈਨੋਮਨਾ ਹੋਏਗਾ ਉਸ ਡਿਵਾਈਸ ਡੈਫੀਨਿਟਲੀ देयर विल बी ए ਫੋਟੋ ਡਿਟੈਕਟਰ ਕਿਉਂਕਿ ਜੇ ਲਾਈਟ ਆਏਗੀ ਤਾਂ ਲਾਈਟ ਨੂੰ ਡਿਟੈਕਟ ਕਰਨ ਦਾ ਕੋਈ ਮੈਥਡ ਹੋਏਗਾ ਸੈਂਸਰ ਜਿਹੜਾ ਹੋਏਗਾ 댓 ਇਜ਼ ਫੋਟੋ ਡਿਟੈਕਟਰ ਲਾਈਟ ਸੋਰਸ ਸੋ ਇਹਦੇ ਵਿੱਚ ਕੀ ਹੈ ਲਾਈਟ ਪੈਨ ਤਾਂ ਹੀ ਵਰਕ ਕਰੇਗਾ ਕੋਈ ਲਾਈਟ ਸੋਰਸ ਹੋਏਗਾ ਲਾਈਟ ਸੋਰਸ ਦਾ ਮਤਲਬ ਕੀ ਹੈ ਤੁਹਾਡੀ ਸਕਰੀਨ ਹਾਈਲਾਈਟ ਹੋਣੀ ਚਾਹੀਦੀ ਹੈ ਮੀਨਸ ਕਿ ਇਹ ਜਿਆਤਰ ਸੀਆਰਟੀ ਬੇਸਡ ਕਰਦਾ ਸੀ ਇਹ ਇਹ ਅੱਜ ਦਾ ਨਹੀਂ ਹੈ ਬਹੁਤ ਪੁਰਾਣੀ ਟੈਕਨੀਕ ਹੈਗੀ ਹੈ ਐਬਾਊਟ 1955 অর 9060s ਪੋਸਟ ਟਾਈਮ ਇਹ ਯੂਜ਼ ਹੁੰਦੇ ਸੀ ਅੱਜ ਕੱਲ ਇਹ ਯੂਜ਼ ਨਹੀਂ ਆਪਾਂ ਕਰ ਰਹੇ ਲਾਈਟ ਪੈਨ ਯੂਜ਼ ਹੁੰਦੇ ਸੀ 1955 অর 9060s ਦੇ ਵਿੱਚ ਯੂਜ਼ ਹੁੰਦੇ ਸੀ ਸੋ ਜਸਟ ਕੀ ਹੈ ਪੈਨ ਜਿਹੜਾ ਪੈਨ ਸੀ ਲਾਈਟ ਪੈਨ ਉਹ ਲੈਂਸ ਤੇ ਫੋਟੋ ਡੈਕਟਰ ਨਾਲ ਦੋ ਇਹਦੇ ਕੰਪੋਨੈਂਟ ਸੀਗੇ ਤੇ ਉਹਦੇ ਅਕੋਰਡਿੰਗਲੀ ਹੀ ਪੋਜੀਸ਼ਨ ਸਕਰੀਨ ਦੀ ਪੋਜੀਸ਼ਨ ਐਕਸ ਵਾਈ ਕੋਆਰਡੀਨੇਟ ਦੱਸਦਾ ਸੀ ਤੇ ਆਪ ਨੂੰ ਪਤਾ ਲੱਗ ਜਾਂਦਾ ਸੀ ਕਿਹੜੀ ਜਗ੍ਹਾ ਤੇ ਪੁਆਇੰਟ ਕਰ ਰਿਹਾ ਹੈ